ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਪਿੰਡ ਭੋਨਾ ਚੈਨਲ 'ਤੇ ਆਪ ਜੀ ਦਾ ਸਵਾਗਤ ਕਰਦੀ ਹਾਂ। ਅਤੇ ਅੱਜ ਆਪਾਂ ਬਣਾਵਾਂਗੇ ਕੱਦੂ ਦਾ ਰਾਇਤਾ। ਹਾਂਜੀ, ਆਪਾਂ ਇੱਕ ਕੱਦੂ ਲੈ ਲਿਆ ਅਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਛਿੱਲਾਂਗੇ। ਸਾਰੇ ਛਿਲਕੇ ਉਤਾਰ ਕੇ ਉਸਨੂੰ ਧੋ ਲਾਂਗੇ। ਕੱਦੂ ਆਪਾਂ ਛਿੱਲ ਲਿਆ, ਹੁਣ ਉਹਨੂੰ ਆਪਾਂ ਕੱਦੂਕਸ਼ ਕਰਾਂਗੇ। ਆਪਾਂ ਮੋਟੇ ਪਾਸੇ ਦੇ ਨਾਲ ਕੱਦੂਕਸ਼ ਕਰਨਾ ਕੱਦੂ ਨੂੰ। ਇਸੇ ਤਰ੍ਹਾਂ ਹੀ ਆਪਾਂ ਸਾਰੇ ਕੱਦੂ ਨੂੰ ਕੱਦੂਕਸ਼ ਕਰ ਲਾਂਗੇ। ਆਪਣੇ ਕੱਦੂਕਾਸ਼ ਕਰ ਲਿਆ, ਹੁਣ ਮੈਂ ਇੱਕ ਬਰਤਨ ਦੇ ਵਿੱਚ ਪਾਣੀ ਲੈ ਕੇ ਉਹਦੇ ਵਿੱਚ ਕੱਦੂਕਾਸ਼ ਕੀਤਾ ਹੋਇਆ ਕੱਦੂ ਪਾਵਾਂਗੇ ਅਤੇ ਪਾਣੀ ਪਾ ਕੇ ਉਹਨੂੰ ਗੈਸ ਦੇ ਉੱਤੇ ਧਰ ਲਾਂਗੇ ਫੁੱਲ ਫਲੇਮ ਦੇ ਉੱਤੇ। ਇਸੇ ਤਰ੍ਹਾਂ 5 ਮਿੰਟ ਢੱਕ ਕੇ ਰੱਖਾਂਗੇ। ਆ ਦੇਖੋ ਤੁਸੀਂ, ਆਪਣਾ ਕੱਦੂ ਦਾ ਕਲਰ ਚੇਂਜ ਹੋ ਗਿਆ ਹੈਗਾ ਅਤੇ ਆਪਣਾ ਕੱਦੂ ਪੱਕ ਚੁੱਕਿਆ। ਇਹਨੂੰ ਆਪਾਂ ਇੱਕ ਛੰਨੀ ਦੇ ਵਿੱਚ ਛਾਣ ਕੇ ਰੱਖਾਂਗੇ। ਠੰਡਾ ਹੋਣ ਤੋਂ ਬਾਅਦ ਵਿੱਚ ਆਪਾਂ ਇੱਕ ਬਰਤਨ ਦੇ ਵਿੱਚ ਪਾਵਾਂਗੇ। ਆਪਾਂ ਪਿਆਜ਼ ਲਏ ਆ, ਹਰੀ ਮਿਰਚ ਲਈ ਆ, ਇੱਧਰ ਆਪਾਂ ਦਹੀਂ ਨੂੰ ਗ੍ਰੈਂਡ ਕਰ ਲਿਆ। ਆਪਾਂ ਗੈਸ ਉੱਤੇ ਤਵਾ ਰੱਖਤਾ, ਜੀਰਾ ਭੁੰਨਾਂਗੇ ਆਪਾਂ। ਜੀਰਾ ਆਪਣਾ ਭੁੱਜ ਚੁੱਕਿਆ, ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਜੀਰੇ ਵਿੱਚੋਂ। ਹੁਣ ਇਹਨੂੰ ਆਪਾਂ ਦਹੀਂ 'ਚ ਪਾਵਾਂਗੇ ਜੀਰੇ ਨੂੰ। ਹੁਣ ਆਪਾਂ ਕੱਦੂ ਨੂੰ ਪਾਵਾਂਗੇ ਦਹੀਂ ਦੇ ਵਿੱਚ। ਆਪਾਂ ਪਿਆਜ਼ ਪਾਵਾਂਗੇ, ਬਰੀਕ ਬਰੀਕ ਕੱਟ ਕੇ ਹਰੀ ਮਿਰਚ ਪਾਵਾਂਗੇ। ਇਹਨੂੰ ਆਪਾਂ ਮਿਕਸ ਕਰ ਲਾਂਗੇ। ਜ਼ਿਆਦਾ ਦਹੀਂ ਨੂੰ ਗਾੜਾ ਨਹੀਂ ਰੱਖਣਾ ਆਪਾਂ, ਕਿਉਂਕਿ ਆਪਣਾ ਕੱਦੂ ਪੈ ਕੇ ਗਾੜਾ ਹੋ ਜਾਊਗਾ ਦਹੀਂ। ਅਤੇ ਨਾ ਮੈਂ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ, ਕਾਲਾ ਨਮਕ ਪਾਵਾਂਗੇ। ਇਹਨੂੰ ਮਿਕਸ ਕਰਾਂਗੇ ਆਪਾਂ। ਦੇਖੋ ਤੁਸੀਂ, ਵਧੀਆ ਕਿੰਨਾ ਵਧੀਆ ਰਾਇਤਾ ਬਣ ਕੇ ਤਿਆਰ ਹੋਇਆ। ਆਪਾਂ ਤੇ ਦੂਜੀ ਕੌਲੀ ਦੇ ਵਿੱਚ ਟ੍ਰਾਂਸਫਰ ਕਰਾਂਗੇ ਨਾ। ਉੱਤੋਂ ਦੀ ਆਪਾਂ ਥੋੜ੍ਹਾ ਜਿਹਾ ਹੋਰ ਕੱਦੂ ਪਾ ਦਾਂਗੇ।
हरा धनिया पा देंगे आप। थोड़ा जहा भुजया हुआ जीरा पा देंगे। अपना रायता बन के तैयार है। तुसी भी बनाओ तो बना के दसो सानू किदा दे बने हैं। साढ़े चैनल सब्सक्राइब करो, शेयर करो, लाइक करो। धन्यवाद जी थोड़ा।